ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੇਹਾ ਦਾ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਕੈਨੇਡਾ ਸਟੱਡੀ ਵੀਜ਼ੇ ਦੀਆਂ ਲੇਟੈਸਟ ਅਪਡੇਟਸ ਲੈ ਕੇ। ਸੋ ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੇਟੈਸਟ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਔਰ ਅਗਰ ਤੁਹਾਨੂੰ ਕੋਈ ਡਾਊਟ ਹੈਗਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਸਪਾਊਸ ਵੀਜ਼ਾ ਦਾ ਕੀ ਟ੍ਰੈਂਡ ਹੈਗਾ ਵਾ। ਬਹੁਤ ਕੁਸ਼ਚਨਿੰਗ ਸੀਗੀ, ਬਹੁਤ ਕਨਫਿਊਜ਼ਨ ਸੀਗੀ ਕਿ ਸਪਾਊਸ ਵੀਜ਼ਾ ਬੰਦ ਹੋ ਚੁੱਕਾ ਵਾ, ਬਟ ਉਸ ਚੀਜ਼ ਨੂੰ ਅੱਜ ਮੈਂ ਕਲੀਅਰ ਕਰਾਂਗੀ। ਜਦੋਂ ਤੋਂ 22 ਜਨਵਰੀ ਤੋਂ ਰੂਲਸ ਚੇਂਜ ਹੋਇਆ, ਉਹ ਤੋਂ ਬਾਅਦ ਵੀ ਸਪਾਊਸ ਵੀਜ਼ਾਜ਼ ਆ ਰਹੇ ਆ। ਸੋ ਕਨਫਿਊਜ਼ਨਸ ਕਿੱਥੇ ਹੈਗੀਆਂ ਕਿ ਕਿਹੜੇ ਲੋਕ ਅਪਲਾਈ ਕਰ ਸਕਦੇ ਆ। ਸੋ ਪ੍ਰੈਜੈਂਟਲੀ ਹਰ ਕੋਈ ਅਪਲਾਈ ਕਰ ਸਕਦਾ, ਉਹਦਾ ਰੀਜ਼ਨ ਕੀ ਹੈਗਾ, ਕਿਉਂਕਿ ਉਹਦੀ ਕੋਈ ਡੈਡਲਾਈਨ ਨਹੀਂ ਆਈ ਆ। ਹਾਂ, ਜਿੱਦਣ ਉਹ ਡੈਡਲਾਈਨ ਆ ਜਾਏਗੀ, ਉਹ ਤੋਂ ਬਾਅਦ ਸਿਰਫ਼ ਤਾਂ ਸਿਰਫ ਮਾਸਟਰਸ ਪ੍ਰੋਗਰਾਮਸ ਵਾਲੇ ਹੀ ਆਪਣੇ ਸਪਾਊਸ ਦਾ ਵੀਜ਼ਾ ਅਪਲਾਈ ਕਰ ਸਕਦੇ ਆ ਨਾਲ। ਬਟ ਹੁਣ ਪ੍ਰੈਜੈਂਟਲੀ ਜਿਹਨਾਂ ਦੇ ਵੀਜ਼ਾਜ਼ ਆਏ ਹੋਏ ਆ, ਉਹ ਵੀ ਆਪਣੀ ਸਪਾਊਸ ਵੀਜ਼ਾ ਦੀ ਫਾਈਲ ਲਗਾ ਸਕਦੇ ਆ, ਔਰ ਨਾਲ ਵੀ ਲਗਾ ਸਕਦੇ ਆ। ਬਟ ਨਾਲ ਲਾਉਣ ਦੇ ਵਿੱਚ ਕੀ ਹੈਗਾ ਕਿ ਐਵਰੀਬਡੀ ਨੋਜ਼ ਕਿ ਹਾਲੇ ਅਟੈਸਟੇਸ਼ਨ ਲੈਟਰਸ ਨਾਲ ਲੱਗਣਗੀਆਂ ਤਾਂ ਫਾਈਲਸ ਹੋਲਡ 'ਤੇ ਆ। ਜਿੱਦਣ ਉਹ ਅਟੈਸਟੇਸ਼ਨ ਲੈਟਰਸ ਵਾਲਾ ਇੰਪਲੀਮੈਂਟ ਅਪਡੇਟ ਆ ਗਿਆ, ਤਾਂ ਉਦੋਂ ਤੱਕ ਅਗਰ ਸਪਾਊਸ ਲਈ ਕੋਈ ਡੈਡਲਾਈਨ ਨਹੀਂ ਆਉਂਦੀ ਆ ਤਾਂ ਸਪਾਊਸ ਆਪਣੀ ਫਾਈਲ ਨਾਲ ਲਗਾ ਸਕਦਾ ਵਾ। ਸੋ ਲਗਾਤਾਰ ਇਸ ਚੈਨਲ 'ਤੇ ਬਣੇ ਰਹੋ, ਕਿਉਂਕਿ ਜੋ ਵੀ ਕੈਨੇਡਾ ਦੀਆਂ, ਕਿਉਂਕਿ ਜਦੋਂ ਦੇ ਕੈਨੇਡਾ ਦੇ ਨਵੇਂ ਰੂਲਸ ਆਏ ਆ, ਨਵੀਆਂ ਅਪਡੇਟਸ ਆਉਂਦੀਆਂ ਰਹੀਆਂ, ਈਵਨ ਹਾਲੇ ਵੀ ਕਾਫੀ ਚੀਜ਼ਾਂ ਕਲੀਅਰ ਨਹੀਂ ਆ, ਸਪੈਸ਼ਲੀ ਅਟੈਸਟੇਸ਼ਨ ਨੂੰ ਲੈ ਕੇ ਕਿ ਕਦੋਂ ਪ੍ਰੋਪਰ ਜਿਹੜੇ ਉੱਥੇ ਦੇ ਪ੍ਰੋਵਿੰਸ ਹੈਗੇ ਆ ਉਹ ਤੁਹਾਨੂੰ ਕਦੋਂ ਪ੍ਰੋਪਰ ਅਪਡੇਟ ਦੇਣਗੇ, ਕਿਹਨਾਂ ਨੂੰ ਅਟੈਸਟੇਸ਼ਨ ਲੈਟਰ ਕਿੰਨੇ ਦਿਨਾਂ 'ਚ ਮਿਲੇਗਾ। ਸੋ ਕਾਫੀ ਹੌਚ ਪੌਚ ਆ। ਨੋ ਡਾਊਟ ਗਵਰਨਮੈਂਟ ਨੇ ਇੱਕਦਮ ਰੂਲਸ ਤਾਂ ਇੰਪਲੀਮੈਂਟ ਕਰਤੇ ਆ, ਬਟ ਉਹਨਾਂ ਦੇ ਵਿੱਚ ਲਗਾਤਾਰ ਕਨਫਿਊਜ਼ਨਸ ਬਣੀਆਂ ਹੋਈਆਂ। ਸੋ ਜਿੱਦਾਂ ਜਿੱਦਾਂ ਕੋਈ ਨਵੀਂ ਅਪਡੇਟ ਆਏਗੀ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਊਂਗੀ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਔਰ ਅਗਰ ਤੁਹਾਨੂੰ ਕੋਈ ਡਾਊਟ ਹੈਗਾ ਤਾਂ ਤੁਸੀਂ ਸਾਡੇ ਹੈਲਪਲਾਈਨ 'ਤੇ ਕਾਲ ਕਰ ਸਕਦੇ ਹੋ 90410 90410 'ਤੇ। ਸਤਿ ਸ਼੍ਰੀ ਅਕਾਲ।